आम आदमी पार्टी ਅਤੇ ਕਾਂਗਰਸ ਦਾ ਗੱਠਜੋੜ INDIA ਗੱਠਜੋੜ ਹੁਣ ਅਰਵਿੰਦ ਕੇਜਰੀਵਾਲ ਦੀ ਸਪੋਰਟ 'ਚ ਖੜਦਾ ਨਜ਼ਰ ਆ ਰਿਹਾ ਜਿਸ ਦੇ ਵਿੱਚ ਪੰਜਾਬ ਦੇ ਕਾਂਗਰਸ ਲੀਡਰ ਵੀ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਦੀ ਹਮਾਇਤ ਵਾਲੀ ਬੋਲੀ ਬੋਲਦੇ ਨਜ਼ਰ ਆ ਰਹੇ ਨੇ ਭਾਵੇਂ ਕਿ ਆਪਣੇ ਬਿਆਨਾਂ ਨੂੰ ਸਿਆਸੀ ਰੰਗਤ ਦੇ ਰਹੇ ਨੇ ਪਰ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਦੀ ਹਮਾਇਤ ਝਲਕਦੀ ਜ਼ਰੂਰ ਨਜ਼ਰ ਆ ਰਹੀ ਹੈ ਜਿਹੜੇ ਪੰਜਾਬ ਕਾਂਗਰਸ ਦੇ ਲੀਡਰ ਆਮ ਆਦਮੀ ਪਾਰਟੀ ਦੇ ਨਾਲ ਖੜੋਣਾ ਪਸੰਦ ਨਹੀਂ ਕਰ ਰਹੇ ਸੀ ਉਹ ਆਖਿਰਕਾਰ ਹੁਣ ਇਸ ਮਾਮਲੇ ਦੇ ਉੱਤੇ ਭਾਜਪਾ ਦੀ ਨਿਖੇਧੀ ਕਰਦੇ ਨਜ਼ਰ ਆ ਰਹੇ ਨੇ ਬਣਦੀ ਵੀ ਹੈ ਕਿਉਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਜਿੱਥੇ ਗ੍ਰਿਫਤਾਰੀ ਕੀਤੀ ਗਈ ਹੈ ਸਾਫ ਦੇ ਸਾਫ ਇਹੀ ਇਲਜ਼ਾਮ ਲੱਗ ਰਹੇ ਨੇ ਭਾਜਪਾ ਦੀ ਸਰਕਾਰ ਦੇ ਉੱਤੇ ਕਿ ਨਾ ਤਾਂ ਕੋਈ ਰਿਕਵਰੀ ਦਿਖਾਈ ਗਈ ਨਾ ਹੀ ਕੋਈ ਸਬੂਤ ਪੇਸ਼ ਕੀਤੇ ਗਏ ਜਿੱਥੇ EDA ਦਾਅਵੇ ਕਰ ਰਹੀ ਹੈ ਕਿ ਪੂਰੇ ਸਬੂਤ ਉਹਨਾਂ ਦੇ ਕੋਲ ਮੌਜੂਦ ਹੈ ਸਬੂਤ ਪੇਸ਼ ਕਰਨੇ ਚਾਹੀਦੇ ਸੀ ਇਹ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਜਿਹੜੇ ਨੇ ਉਹ ਦਾਅਵਾ ਕਰ ਰਹੇ ਨੇ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਸਾਫ਼ ਤੌਰ ਦੇ ਉੱਤੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਲੰਘੇ ਕੱਲ ਗ੍ਰਿਫਤਾਰੀ ਹੁੰਦੀ ਹੈ ਜਿਸ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਦੇ ਕਈ ਲੀਡਰਸ ਵੀ ਸਪੋਰਟ ਦੇ ਵਿੱਚ ਨਿੱਤਰ ਰਹੇ ਨੇ ਹਾਲਾਂਕਿ ਕਾਂਗਰਸ ਦੇ ਸੀਨੀਅਰ ਲੀਡਰਸ ਦੇ ਅਕਾਊਂਟਸ ਵੀ ਬੰਦ ਕਰਨ ਦੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਅਕਾਊਂਟਸ ਫਰੀਜ਼ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਔਰ ਉਸ ਦੇ ਵਿੱਚ ਉਹਨਾਂ ਦੇ ਬੈਂਕ ਖਾਤੇ ਜਿਹੜੇ ਨੇ ਉਹ ਫਰੀਜ਼ ਕਰ ਦਿੱਤੇ ਗਏ ਨੇ ਇਸ ਨੂੰ ਲੈ ਕੇ ਵੀ ਕਾਂਗਰਸ ਪਾਰਟੀ ਫਿਲਹਾਲ 6-5 ਵਿੱਚ ਹੈ ਪਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਜ਼ਰੂਰ ਇੱਕ ਵੱਡੇ ਪੱਧਰ ਦੇ ਉੱਤੇ ਉੱਭਰਦੀ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਕਾਂਗਰਸ ਦੇ ਲੀਡਰ ਜਿਹੜੇ ਨੇ ਉਹ ਇਸ ਗੱਲ ਦੀ ਵਿਰੋਧਤਾ ਕਰਦੇ ਨਜ਼ਰ ਆ ਰਹੇ ਨੇ ਗੱਲ ਕੀਤੀ ਜਾ ਰਹੀ ਹੈ ਪ੍ਰਗਟ ਸਿੰਘ ਦੀ ਪ੍ਰਗਟ ਸਿੰਘ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਏਜੰਸੀਆਂ ਦਾ ਗਲਤ ਇਸਤੇਮਾਲ ਕਰਨ ਬਾਰੇ ਜਾਣਕਾਰੀ ਸਾਂਝੀ ਕਰਦੇ ਨਜ਼ਰ ਆਏ ਪ੍ਰਗਟ ਸਿੰਘ ਉਹਨਾਂ ਨੇ ਸਾਫ਼ ਕਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਗਲਤ ਇਸਤੇਮਾਲ ਕਰ ਰਹੀ ਹੈ ਆਪਣੀਆਂ ਏਜੰਸੀਆਂ ਦਾ ਜਿਸ ਦੇ ਵਿੱਚ ਭਾਵੇਂ ED ਹੋਵੇ ਭਾਵੇਂ ਕੋਈ ਹੋਰ ਏਜੰਸੀ ਹੋਵੇ ਉਹਨਾਂ ਏਜੰਸੀਆਂ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ ਔਰ ਆਪਣੇ ਹਿੱਤਾਂ ਦੇ ਵਾਸਤੇ ਇਸਤੇਮਾਲ ਕੀਤਾ ਜਾ ਰਿਹਾ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਹੈ ਜਿਸ ਤੋਂ ਬਾਅਦ ਇਹ ਬਿਆਨ ਸਾਹਮਣੇ ਆਉਂਦਾ ਹੈ ਔਰ ਪ੍ਰਗਟ ਸਿੰਘ ਜਿਹੜੇ ਕਿ ਜਲੰਧਰ ਤੋਂ ਵਿਧਾਇਕ ਨੇ ਉਹਨਾਂ ਦੇ ਵੱਲੋਂ ਜਲੰਧਰ ਤੋਂ ਕਾਂਗਰਸ ਦੇ ਵਿਧਾਇਕ ਨੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਸਿੱਧੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਜਾਂਦੇ ਨੇ ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਜਿੱਥੇ ਪ੍ਰਗਟ ਸਿੰਘ ਵਰਦੇ ਨਜ਼ਰ ਆ ਰਹੇ ਨੇ ਭਾਜਪਾ ਦੀ ਸੈਂਟਰ ਸਰਕਾਰ ਦੇ ਉੱਤੇ ਉੱਥੇ ਹੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਲੰਘੇ ਦਿਨ ਦੇ ਗ੍ਰਿਫਤਾਰੀ ਤੋਂ ਬਾਅਦ ਹੁਣ ਵਿਵਾਦ ਭਖਦਾ ਨਜ਼ਰ ਆਉਣ ਲੱਗਿਆ ਆਖਿਰਕਾਰ ਕੀ ਕੁਝ ਬੋਲੇ ਨੇ ਭਾਜਪਾ ਦੀ ਸੈਂਟਰ ਸਰਕਾਰ ਨੂੰ ਕਿਹੜੀਆਂ ਨਸੀਹਤਾਂ ਦਿੱਤੀਆਂ ਨੇ ਪ੍ਰਗਟ ਸਿੰਘ ਨੇ ਆਓ ਸੁਣ ਲੈਂਦੇ ਹਾਂ ਸਰ 2 ਘੰਟੇ ਦੀ ਪੁੱਛਤਾਛ ਦੇ ਬਾਅਦ ਅਰਵਿੰਦ ਕੇਜਰੀਵਾਲ ਕੋ ਇਨਫੋਰਸਮੈਂਟ ਡਿਪਾਰਟਮੈਂਟ ਨੇ ਗ੍ਰਿਫਤਾਰ ਕਰ ਲਿਆ ਹੈ ਕਿਆ ਕਹਿਣਾ ਚਾਹੀਏ ਦੇਖੋ ਹਮ ਤੋ ਪਹਿਲੇ ਹੀ ਐਸੀ ਰਾਜਨੀਤੀ ਕੋ ਕਭੀ उसकी सराहना नहीं करते क्योंकि जैसे BJP ये एजेंसीज का इस्तेमाल करती है ये देश की और राजनीति के पक्ष में नहीं है और हम इसको कंडेम करते हैं। और देखो ना एक दिन में 2 काम हुए हैं, एक कांग्रेस के जो अकाउंट्स है वो फ्रीज हुए हैं और ये कहते हैं कि 400 का आंकड़ा पार, मेरे को लगता है कि ये 200 का आंकड़ा पार नहीं होता क्योंकि इतनी घबराई हुई BJP और ये NDA के जो इंडिया गठबंधन के ऊपर ऐसे अटैक कर रही है। लेकिन आम आदमी पार्टी की प्रॉब्लम ये भी है कि दिल्ली में जो BJP इनके साथ कर रही है, पंजाब में अपनी ओपोजिशन पार्टी के साथ भी यही करते हैं क्योंकि ये देश की राजनीति के हित में नहीं। आम आदमी पार्टी ने कि वो सुप्रीम कोर्ट जाएंगे अरविंद केजरीवाल की गिरफ्तारी को नहीं, चलो जाना चाहिए। मैं तो कहता हूं कि हम ऐसी राजनीति के खिलाफ है जहां बहुत जो देश की बड़ी एजेंसीज है उनका जो है मिसयूज हो रहा है और BJP कोई ऐसी जगह छोड़ नहीं रही जहां इन एजेंसीज का मिसयूज नहीं हो रहा। मैं तो सिर्फ इतना कहना चाहता हूं कि पंजाब में आम आदमी पार्टी भी यही करती है जो दिल्ली में BJP इनके साथ करती है जहां इंडिया गठबंधन के साथ करती है। प्रियंका गांधी ने भी ट्वीट करके कहा है कि जो हुआ गलत हुआ है, इलेक्शन में ऐसा नहीं होना चाहिए था क्योंकि जो एक्शन लिया गया ईडी की तरफ से वो नहीं लिया गया। देखो देश पूरे में ये सिर्फ अरविंद केजरीवाल के साथ नहीं है, बाकी जो सूबे हैं उनमें भी यही प्रेशर है, CBI का प्रेशर है, ED का प्रेशर है और जितनी सरकारी एजेंसीज हैं उनका प्रेशर है। और एक तरफ तो ये 400 के आंकड़े की बात करती है BJP और मेरा ख्याल है क्या क्या चीजें दिखा रही है जो देश को और पूरी दुनिया को कि हम बहुत बड़ी डेमोक्रेसी की ओर बढ़ रहे हैं, लेकिन देश में इतना मिसयूज हो रहा है, मेरा ख्याल है कि ये डेमोक्रेसी के लिए ठीक नहीं है। सब्सक्राइब टू वन इंडिया चैनल एंड नेवर मिस एन अपडेट।